ਮਨ ਜਾਗ ਰਿਹਾ ਹੋਵੇ, ਚੇਤਨਾ ਜਾਗਦੀ ਹੋਵੇ, ਉਹ ਦੇਸ਼ ਪਿਆਰ ਵਿੱਚ ਜਿਉਂਦਾ ਹੈ, ਮਨੁੱਖਤਾ ਵਿੱਚ ਜਿਉਂਦਾ ਹੈ। ਸੱਚੀ ਗੱਲ ਕਹਿਦੇ ਹਾਂ, ਮਨੁੱਖ ਦਾ ਪੂਰਨ ਜੀਵਨ ਹੁੰਦਾ ਹੀ ਉਦੋਂ ਹੈ ਜਦੋਂ ਚੇਤਨਾ ਜਾਗ ਪਵੇ। ਸੁੱਤੀ ਹੋਈ ਚੇਤਨਾ ਜੀਵਨ ਅਧੂਰਾ। ਇਉਂ ਲੱਗਦਾ ਹੈ ਕਿ ਪਰਮਾਤਮਾ ਨੇ ਇਸ ਮਨੁੱਖ ਨੂੰ ਮਨੁੱਖੀ ਜਾਮਾ ਦੇ ਕੇ ਬਣਾਇਆ, ਤਾਂ ਸਾਰੀਆਂ ਜੂਨਾਂ ਦਾ ਸਰਦਾਰ ਸੀ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ। ਪਰ ਇਹ ਸਾਰੀਆਂ ਜੂਨਾਂ ਦਾ ਸਰਦਾਰ ਅੱਜ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਜਿਵੇਂ ਗਵਾਰ ਬਣ ਗਿਆ ਹੋਵੇ। ਬਹੁਤ ਹੈਰਾਨੀ ਦੀ ਗੱਲ, ਪਰਮਾਤਮਾ ਨੇ ਇਸ ਨੂੰ ਸਰਦਾਰ ਬਣਾਇਆ ਹੋਵੇ ਲੇਕਿਨ ਕੰਮ ਗਵਾਰਾਂ ਦਾ ਕਰੇ, ਫਿਰ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ। ਸਤਿਗੁਰੂ ਜੀ ਦੀ ਕੈਸੀ ਕਲਪਨਾ, ਪਹਿਲੇ ਜਾਮੇ ਵਿੱਚ ਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੈਸੀ ਕਲਪਨਾ ਕੀਤੀ, ਇਸ ਗਵਾਰ ਨੂੰ ਮੁੜ ਕੇ ਸਰਦਾਰ ਕਿਵੇਂ ਬਣਾਇਆ ਜਾਏ, ਇਸ ਨੂੰ ਕਿਸ ਤਰੀਕੇ ਦੇ ਨਾਲ ਅਹਿਸਾਸ ਹੋ ਜਾਏ ਕਿ ਮੈਂ ਗਵਾਰ ਨਹੀਂ ਹਾਂ, ਮੈਂ ਸਰਦਾਰ ਹਾਂ।
ਅੱਜ ਜਦੋਂ ਮੈਂ ਇਹ ਵਿਚਾਰ ਦੇ ਰਿਹਾ, ਅੱਜ ਇੱਕ ਮਿੱਠੜੀ ਯਾਦ ਆਉਂਦੀ ਹੈ। ਉਹ ਮਿੱਠੜੀ ਯਾਦ ਐਸਿਆਂ ਵਿਚਾਰਾਂ ਦੀ ਜਿਹੜੇ ਸਰੀਰ ਕਰਕੇ ਤਾਂ ਸਾਡੇ ਪਾਸ ਹੁਣ ਨਹੀਂ ਹਨ, ਲੇਕਿਨ ਹਮੇਸ਼ਾ ਹਮੇਸ਼ਾ ਲਈ ਉਹਨਾਂ ਦੇ ਵਿਚਾਰ ਜਿਉਂਦੇ ਰਹਿਣਗੇ। ਅੱਜ ਵੀ ਜਿਉਂਦੇ ਹਨ, ਅੱਗੋਂ ਵੀ ਉਹ ਵਿਚਾਰ ਜਿਉਂਦੇ ਰਹਿਣਗੇ। ਇਹ ਵਿਦਵਾਨ ਹਨ ਗਿਆਨੀ ਸੰਤ ਸਿੰਘ ਜੀ ਮਸਕੀਨ, ਜਿਹੜੇ ਸਰੀਰ ਕਰਕੇ ਤਾਂ ਸਾਨੂੰ ਵਿਛੋੜਾ ਦੇ ਗਏ। ਉਹਨਾਂ ਨੇ ਇਸ ਵਿਚਾਰ ਨੂੰ ਬੜੇ ਸੁੰਦਰ ਵਿਚਾਰਾਂ ਦੇ ਨਾਲ ਖੋਲਿਆ। ਕਹਿੰਦੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਲਪਨਾ ਕੀਤੀ ਮਨੁੱਖੀ ਜੀਵਨ ਨੂੰ ਕਿਵੇਂ ਪੂਰਨ ਕੀਤਾ ਜਾਏ। ਮਨੁੱਖ ਇਹ ਮਾਣ ਨਾਲ ਕਹਿ ਸਕੇ ਕਿ ਮੈਂ ਸੱਚਮੁੱਚ ਮਨੁੱਖੀ ਜੀਵਨ ਜੀ ਰਿਹਾ, ਪੂਰਨ ਤੌਰ 'ਤੇ ਮਨੁੱਖੀ ਜੀਵਨ ਜੀ ਰਿਹਾ। ਮਨੁੱਖ ਨੂੰ ਪੂਰਨ ਕਿਵੇਂ ਕੀਤਾ ਜਾਏ, ਇਸ ਗਵਾਰ ਨੂੰ ਸਰਦਾਰ ਕਿਵੇਂ ਬਣਾਇਆ ਜਾਏ, ਇਸ ਕਲਪਨਾ ਦਾ ਜੋ ਖਾਕਾ ਤਿਆਰ ਕੀਤਾ, ਇਸ ਕਲਪਨਾ ਦੀ ਜੋ ਤਸਵੀਰ ਤਿਆਰ ਕੀਤੀ, ਉਸ ਦਾ ਨਾਮ ਰੱਖਿਆ ਸਿੱਖ। ਇਸ ਸਿੱਖ ਦੇ ਲਈ ਇਸ ਨੂੰ ਜੋ ਸਿੱਖਿਆ ਦੇਣੀ ਸੀ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਵਿੱਚ ਸੱਚ ਦਾ ਰੰਗ ਭਰਿਆ, ਇਸ ਦੀ ਚੇਤਨਾ ਨੂੰ ਜਗਾਇਆ ਅਤੇ ਸੱਚ ਨਾਲ ਜੋੜਿਆ। ਐਸੇ ਸੱਚ ਨਾਲ ਜੋ ਸਦੀਵੀ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋ ਸੀ ਵੀ ਸੱਚ, ਉਸ ਕੂੜ ਨਾਲੋਂ ਤੋੜਿਆ, ਜਿਸ ਕੂੜ ਨਾਲ ਨੇਹੋਂ ਕੀਤੀਆਂ ਕਰਤਾਰ ਵਿਸਰਦੈ। ਐਸੇ ਸੱਚ ਨਾਲ ਜੋੜਿਆ, ਜਿਸ ਸੱਚ ਨਾਲ ਨੇਹੋਂ ਕੀਤਾ ਸਚਿਆਰ ਬਣੀਦੈ। ਜਿੱਥੇ ਪਹਿਲੇ ਜਾਮੇ ਵਿੱਚ ਸੱਚ ਦਾ ਰੰਗ ਪੜਿਆ, ਸਦੀਵੀ ਸੱਚ ਦਾ, ਉੱਥੇ ਦੂਸਰੇ ਜਾਮੇ ਵਿੱਚ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਗਿਆਕਾਰੀ ਭਾਵ ਹੁਕਮ ਦਾ ਰੰਗ ਭਰਿਆ। ਇਹ ਸਿੱਧ ਕਰ ਦਿੱਤਾ ਕਿ ਆਗਿਆਕਾਰੀ ਹੀ ਪੁਜਾਰੀ ਹੈ। ਜਿਵੇਂ ਇੱਕ ਪ੍ਰਮਾਣ ਮਿਲਦਾ ਹੈ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਦਿਨ ਸਾਹਿਬਜ਼ਾਦਿਆਂ ਆਪਣਿਆਂ ਨੂੰ ਕਿਹਾ, ਬਾਬਾ ਸ਼੍ਰੀ ਚੰਦ ਜੀ ਨੂੰ, ਬਾਬਾ ਲਖਮੀ ਦਾਸ ਜੀ ਨੂੰ, ਬ੍ਰਿਕਸ਼ 'ਤੇ ਚੜ੍ਹ ਜਾਓ, ਝੂਟ ਕੇ ਚੰਗੀ ਤਰ੍ਹਾਂ ਝੂਟੋ, ਮਠਿਆਈਆਂ ਡਿੱਗਣਗੀਆਂ। ਸਾਹਿਬਜ਼ਾਦਿਆਂ ਨੇ ਕਿਹਾ, ਤੁਹਾਨੂੰ ਕੀ ਹੋ ਗਿਆ ਕਿ ਬ੍ਰਿਕਸ਼ਾਂ ਨੂੰ ਫਲ ਲੱਗਦੇ ਨੇ ਕਿ ਮਠਿਆਈਆਂ ਲੱਗਦੀਆਂ ਨੇ, ਬ੍ਰਿਕਸ਼ਾਂ ਨੂੰ ਮਠਿਆਈਆਂ ਨਹੀਂ ਲੱਗਦੀਆਂ। ਜਵਾਬ ਦੇ ਦਿੱਤਾ, ਲੇਕਿਨ ਜਦੋਂ ਗੁਰਮੁਖ ਭਾਈ ਲਹਿਣੇ ਨੂੰ ਕਿਹਾ, ਗੁਰਮੁਖ ਭਾਈ ਲਹਿਣੇ ਆ, ਇਸ ਬ੍ਰਿਕਸ਼ 'ਤੇ ਚੜ੍ਹ ਜਾ, ਝੂਟ ਮਠਿਆਈਆਂ ਚੜ੍ਹਨਗੀਆਂ। ਗੁਰਮੁਖ ਭਾਈ ਲਹਿਣਾ ਚੜ੍ਹਨ ਲੱਗੇ, ਸਾਹਿਬਜ਼ਾਦੇ ਕਹਿਣ ਲੱਗੇ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ, ਗੁਰਮੁਖੋ ਤੁਹਾਨੂੰ ਕੀ ਹੋ ਗਿਆ ਕਿ ਬ੍ਰਿਕਸ਼ਾਂ ਨੂੰ ਮਠਿਆਈਆਂ ਚੜ੍ਹਦੀਆਂ ਨੇ ਕਿ ਫਲ ਲੱਗਦੇ ਨੇ। ਗੁਰਮੁਖ ਭਾਈ ਲਹਿਣਾ ਬੋਲੇ ਸੀ, ਸਾਡੇ ਲਈ ਤਾਂ ਗੁਰੂ ਦਾ ਹੁਕਮ ਹੀ ਮਠਿਆਈਆਂ ਹਨ, ਗੁਰੂ ਦਾ ਹੁਕਮ ਹੀ ਅਵਿਨਾਸ਼ੀ ਹੈ, ਆਗਿਆਕਾਰੀ ਹੀ ਪੁਜਾਰੀ ਹੈ, ਪੁਜਾਰੀ ਹੁੰਦਾ ਹੀ ਉਹੀ ਹੈ ਜੋ ਆਗਿਆਕਾਰੀ ਹੋਵੇ। ਤੀਸਰੇ ਜਾਮੇ ਵਿੱਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਾਤਾਂ ਦੀ ਵੰਡ ਨੂੰ ਖਤਮ ਕੀਤਾ, ਵਨਰ ਵੰਡ ਨੂੰ ਖਤਮ ਕੀਤਾ, ਆਦਰਸ਼ਕ ਜੀਵਨ ਦਾ ਰੰਗ ਭਰਿਆ ਅਤੇ ਇਹ ਗੱਲ ਸਿੱਧ ਕਰ ਦਿੱਤੀ, ਇੱਕੋ ਹੀ ਪਰਮਾਤਮਾ ਦੀ ਅਸੀਂ ਅੰਸ਼ ਹਾਂ, ਏਕ ਨੂਰ ਤੋਂ ਹੀ ਅਸੀਂ ਸਾਰੇ ਪੈਦਾ ਹੋਏ ਹਾਂ, ਇੱਕੋ ਹੀ ਅਕਾਲ ਪੁਰਖ ਦੀ ਅਸੀਂ ਅੰਸ਼ ਹਾਂ। ਇਹ ਵਰਨ ਵੰਡ ਜਾਤਾਂ ਦੀ ਵੰਡ ਨੂੰ ਮੁਕਾਇਆ ਅਤੇ ਜੋ ਵਿਧਵਾ ਵਿਆਹ ਸੀ ਉਸ ਨੂੰ ਫੇਰ ਆਰੰਭ ਕੀਤਾ, ਜੋ ਕਾਫੀ ਸਮੇਂ ਤੋਂ ਵਿਧਵਾ ਵਿਆਹ ਦੀ ਪ੍ਰਥਾ ਰੋਕੀ ਗਈ ਸੀ, ਸਤਿਗੁਰ ਨੇ ਫੇਰ ਉਸ ਨੂੰ ਆਰੰਭ ਕੀਤਾ। ਔਰ ਚੌਥੇ ਜਾਮੇ ਦੇ ਅੰਦਰ ਧੰਨ ਗੁਰੂ ਰਾਮਦਾਸ ਜੀ ਨੇ ਧਾਰਮਿਕ ਜਜ਼ਬਿਆਂ ਦਾ ਰੰਗ ਭਰਿਆ, ਐਸਾ ਰੰਗ ਭਰਿਆ ਜਿਤਨੇ ਧਾਰਮਿਕ ਮੰਦਰਾਂ ਦੀ ਉਸਾਰੀ ਹੋਈ। ਔਰ ਅੱਜ ਅਸੀਂ ਗੁਰਦੁਆਰਿਆਂ ਵਿੱਚ ਬੈਠੇ ਹਾਂ, ਇਹ ਸਾਰੀ ਕਿਰਪਾ ਧੰਨ ਗੁਰੂ ਰਾਮਦਾਸ ਜੀ ਦੀ ਹੈ।
ਔਰ ਉਹਨਾਂ ਨੇ ਧਾਰਮਿਕ ਜਜ਼ਬਿਆਂ ਦਾ ਰੰਗ ਭਰਿਆ, ਧਾਰਮਿਕ ਮੰਦਰਾਂ ਦੀ ਉਸਾਰੀ ਕਰਕੇ। ਪੰਜਵੇਂ ਜਾਮੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਾਂਤੀ ਦਾ ਰੰਗ ਭਰਿਆ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਤੱਤੀ ਤਵੀ 'ਤੇ ਬੈਠ ਕੇ ਵੀ ਸ਼ਾਂਤੀ ਦਾ ਰੰਗ, ਗਰਮ ਗਰਮ ਉਬਲਦੇ ਪਾਣੀ ਵਿੱਚ ਬੈਠ ਕੇ ਵੀ ਸ਼ਾਂਤੀ ਦਾ ਰੰਗ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕ੍ਰਾਂਤੀ ਦਾ ਰੰਗ ਭਰਿਆ। ਗੁਰੂ ਹਰੀ ਰਾਏ ਸਾਹਿਬ ਜੀ ਨੇ ਸਾਦਗੀ ਦਾ ਰੰਗ ਭਰਿਆ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇਹ ਰੰਗ ਭਰ ਦਿੱਤਾ ਕਿ ਇਹ ਅਨੁਭਵ ਦਾ ਸੰਬੰਧ ਜੋ ਹੈ, ਰੱਬੀ ਗਿਆਨ ਦਾ ਸੰਬੰਧ ਉਮਰ ਦੇ ਨਾਲ ਨਹੀਂ ਹੁੰਦਾ, ਉਸਦੀ ਨਜ਼ਰ ਨਾਲ ਹੁੰਦਾ। ਬਾਲ ਅਵਸਥਾ ਵਿੱਚ ਵੀ ਰੱਬੀ ਗਿਆਨ ਮਿਲ ਸਕਦਾ, ਜ਼ਰੂਰੀ ਨਹੀਂ ਕਿ ਬਿਰਧ ਅਵਸਥਾ ਵਿੱਚ ਹੀ ਰੱਬੀ ਗਿਆਨ ਮਿਲੇ। ਅਨੁਭਵ ਰੱਬੀ ਗਿਆਨ ਦਾ ਰੰਗ ਭਰਿਆ ਔਰ ਸਿੱਧ ਕਰ ਦਿੱਤਾ, ਇਹ ਪਰਮੇਸ਼ਰ ਦੀ ਨਜ਼ਰ ਨਾਲ ਮਿਲਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੈਰਾਗ ਅਤੇ ਤਿਆਗ ਦਾ ਰੰਗ ਭਰਿਆ, ਅਤੇ ਦਸਵੇਂ ਜਾਮੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਥੇ ਗੁਰੂ ਵਰਗੀ ਰਹਿਣੀ ਦਾ ਰੰਗ ਭਰਿਆ, ਵੇਖਿਆ ਇਹ ਹੁਣ ਤਸਵੀਰ ਮੁਕੰਮਲ ਹੋ ਗਈ। ਜਦੋਂ ਤਸਵੀਰ ਮੁਕੰਮਲ ਹੋ ਜਾਏ, ਜਦੋਂ ਪੂਜਾ ਅਕਾਲ ਕੀ ਦਰਸਾ ਦਿੱਤੀ ਔਰ ਦੀਦਾਰ ਖਾਲਸੇ ਦਾ ਦੇ ਦਿੱਤਾ, ਇਹ ਪਰਚਾ ਸ਼ਬਦ ਕਾ ਜਦੋਂ ਗੁਰੂ ਵਰਗੀ ਰਹਿਣੀ ਦਰਸਾਈ, ਤਾਂ ਉਸ ਵਕਤ ਇਸ ਨੂੰ ਫਰੇਮ ਵਿੱਚ ਫਿੱਟ ਕਰ ਦਿੱਤਾ। ਤਸਵੀਰ ਕੋਈ ਵੀ ਹੋਵੇ, ਫਰੇਮ ਵਿੱਚ ਫਿੱਟ ਹੁੰਦੀ ਹੈ ਤਾਂ ਪੰਜ ਚੀਜ਼ਾਂ ਦਾ ਇਸਤੇਮਾਲ ਹੁੰਦਾ। ਇੱਕ ਹੁੰਦਾ ਗੱਤਾ, ਦੂਜਾ ਕਾਗਜ਼, ਤੀਜੀ ਲੱਕੜੀ, ਚੌਥੀਆਂ ਕਿੱਲਾਂ, ਪੰਜਵਾਂ ਸ਼ੀਸ਼ਾ। ਜੇ ਪੰਜ ਚੀਜ਼ਾਂ ਫਰੇਮ ਵਿੱਚ ਲੱਗਦੀਆਂ ਨੇ ਤਾਂ ਸਤਿਗੁਰੂ ਨੇ ਇਸ ਪੂਰਨ ਮਨੁੱਖ ਜਿਸ ਨੂੰ ਗੁਰਸਿੱਖ ਕਿਹਾ, ਇਸ ਨੂੰ ਪੰਜ ਕਕਾਰਾਂ ਵਿੱਚ ਫਿੱਟ ਕਰਕੇ ਰਹਿਤਾਂ ਦੇ ਕੇ, ਕੁਰਹਿਤਾਂ ਤੋਂ ਬਚਾ ਕੇ ਇਸ ਨੂੰ ਖਾਲਸੇ ਦਾ ਨਾਮ ਦੇ ਦਿੱਤਾ। ਉਸ ਖਾਲਸੇ ਨੂੰ ਨਮਸਕਾਰ ਕਰਕੇ ਆਪ ਕਹਿ ਦਿੱਤਾ, ਖਾਲਸਾ ਮੇਰੋ ਸਤਿਗੁਰੂ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਉਸ ਖਾਲਸੇ ਨੂੰ ਨਮਸਕਾਰ ਕੀਤੀ, ਪੰਜ ਕਕਾਰਾਂ ਵਿੱਚ ਜੋ ਰੱਖਿਆ ਔਰ ਨਮਸਕਾਰ ਕਰਕੇ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਅੰਗਰੇਜ਼ ਇਤਿਹਾਸਕਾਰ ਦੇ ਪੰਨੇ ਜੋ ਦਾਸ ਨੇ ਪੜ੍ਹੇ, ਉਸ ਦੇ ਵਿੱਚ ਇੱਕ ਗੱਲ ਲਿਖੀ ਹੋਈ ਹੈ, ਜੋ ਪੰਜਾਂ ਤੋਂ ਸੀਸ ਮੰਗੇ ਅਤੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦੇ ਦਿੱਤੀ, ਜਦੋਂ ਪੰਜਾਂ ਨੇ ਸਮਰਪਣ ਕਰ ਦਿੱਤਾ, ਤੰਬੂ ਦੇ ਅੰਦਰ ਲੈ ਗਏ, ਹੁਣ ਪੰਜਾਂ ਤੋਂ ਆਪ ਅੰਮ੍ਰਿਤ ਦੀ ਦਾਤ ਮੰਗੀ, ਜਦੋਂ ਪੰਜਾਂ ਤੋਂ ਆਪ ਨੂੰ ਵੀ ਦਾਤ ਮਿਲ ਗਈ, ਅਤੇ ਅੰਗਰੇਜ਼ ਇਤਿਹਾਸਕਾਰ ਦੇ ਪੰਨਿਆਂ ਨੇ ਗੱਲ ਕਹੀ, ਗਏ ਤੰਬੂ ਦੇ ਅੰਦਰ ਪੰਜ ਅਤੇ ਛੇਵੇਂ ਗੁਰੂ ਗੋਬਿੰਦ ਸਿੰਘ ਆਪ ਸਨ। ਜਦੋਂ ਪੰਜਾਂ ਨੇ ਅੰਮ੍ਰਿਤ ਦੀ ਦਾਤ ਲੈ ਲਈ, ਪੰਜਾਂ ਤੋਂ ਆਪ ਲੈ ਲਈ, ਜਦੋਂ ਹੁਣ ਤੰਬੂ ਤੋਂ ਬਾਹਰ ਪੰਜ ਦੀ ਬਜਾਏ ਛੇ ਆਏ, ਤਾਂ ਪਹਿਚਾਨ ਕਰਨੀ ਮੁਸ਼ਕਲ ਹੋ ਗਈ ਇਹਨਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਕੌਣ ਹੈ। ਉਸ ਵਕਤ ਜੋ ਭਾਈ ਨੰਦ ਲਾਲ ਜੀ ਐਸਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਰੂਪ ਦੱਸਦੇ ਨੇ, ਜਿਵੇਂ ਪਿੱਤਰ ਬਾਣੀ ਨੇ ਕਿਹਾ, ਧੰਨ ਧੰਨ ਤਿੰਨਾਂ ਕਾ ਗੁਰੂ ਹੈ, ਜਿਸ ਅੰਮ੍ਰਿਤ ਫਲ ਹਰ ਲਾਗੈ ਮੁੱਖਾ। ਕਿਵੇਂ ਭਾਈ ਨੰਦ ਲਾਲ ਕਹਿੰਦੇ ਨੇ, ਉਹ ਪਹਿਲਾਂ ਸ਼ਬਦ ਬੋਲੇ, ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ। ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ,
गुर गोबिंद सिंह, गुर गोबिंद सिंह, गुर गोबिंद सिंह, गुर गोबिंद सिंह, गुर गोबिंद सिंह। गुरु गोबिंद सिंह, 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 गुरु गोबिंद जा फिरोज नहर गुर गोबिंद सिंह, जा फिरोज नहर गुर गोबिंद सिंह, फैज हक जाम बहर गुर गोबिंद, फैज हक जाम बहर गुर गोबिंद सिंह, हक रा महबूब गुर गोबिंद सिंह, हक रा महबूब सिंह, तालबो मतलूब गुर गोबिंद सिंह, तालबो मतलूब गुर गोबिंद सिंह, गुर गोबिंद सिंह, गुर गोबिंद, गुरु गोबिंद सिंह, 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 गुरु गोबिंद सिंह। तेग राफताह गुर गोबिंद सिंह, तेग राफताह गुर गोबिंद सिंह, जानो दिल राह गुर गोबिंद सिंह, जानो दिल राह गुर गोबिंद सिंह, साहेब अकलील गुर गोबिंद सिंह,
ਸਾਹਿਬੇ ਅਕਲੀਲ ਗੁਰ ਗੋਬਿੰਦ ਸਿੰਘ ਜਿਲੈ ਹੱਕ ਤਜਲੀਲ ਗੁਰ ਗੋਬਿੰਦ ਸਿੰਘ ਜਿਲੈ ਹੱਕ ਤਜਲੀਲ ਗੁਰ ਗੋਬਿੰਦ ਸਿੰਘ ਗੁਰੂ 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 ਗੋਬਿੰਦ ਜਾਣੇ ਹਰੰਜ ਗੁਰ ਗੋਬਿੰਦ ਸਿੰਘ ਖਾ ਜਾਣੇ ਹਰ ਗੰਜ ਗੁਰ ਗੋਬਿੰਦ ਸਿੰਘ ਬਰ ਮਹ ਹਰ ਰੰਜ ਗੁਰ ਗੋਬਿੰਦ ਸਿੰਘ ਬਰ ਹਮੇ ਹਰ ਰੰਜ ਨੂਰ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ ਨੂਰ ਦਰ ਹਰ ਚਸਮ ਗੁਰ ਦੂਰ ਦਰ ਹਰ ਚਸਮ ਗੁਰ ਗੋਬਿੰਦ ਸਿੰਘ 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 ਗੁਰ ਗੋਬਿੰਦ ਸਰੋ ਮਨਸੂ ਗੋਬਿੰਦ ਸਿੰਘ ਏਕ ਦੀ ਮੰਜੂ ਗੁਰ ਗੋਬਿੰਦ ਸਿੰਘ ਜੁਮਲਾ ਫੈਜੇ ਗੁਰ ਗੋਬਿੰਦ ਸਿੰਘ ਹੱਕ ਰਾਂਗਣ ਗੁਰ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰ ਗੋਬਿੰਦ ਸਿੰਘ ਖਾਲਸਾ ਬੋਕੀਨਾ।
குரு கோவிந்த் சிங் 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 ਅਨੇਕਾਂ ਬੁੱਝੇ ਹੋਏ ਦੀਵਿਆਂ ਨੂੰ ਜਗਾਉਣ ਲਈ ਇੱਕ ਦੀਵਾ ਐਸਾ ਚਾਹੀਦਾ ਹੈ ਜਿਹੜਾ ਆਪ ਜਗਦਾ ਹੋਵੇ। ਕੋਈ ਜਗਦਾ ਦੀਵਾ ਹੀ ਅਨੇਕਾਂ ਬੁੱਝਿਆਂ ਹੋਇਆਂ ਨੂੰ ਜਗਾ ਸਕਦਾ ਹੈ। ਐਸਾ ਹੀ ਹੋਇਆ ਗੁਰਸ਼ਬਦ ਦੇ ਦੀਵੇ ਨੇ ਅਨੇਕਾਂ ਬੁੱਝੇ ਹੋਏ ਦੀਵੇ ਜਗਾਏ। ਗੁਰਸ਼ਬਦ ਦੇ ਦੀਵੇ ਨੇ ਗੁਰਸ਼ਬਦ ਦੀਪਕ ਪ੍ਰਗਾਸਾ ਇਹ ਗੁਰਸ਼ਬਦ ਦੇ ਦੀਵੇ ਨੇ ਗੁਰਮੁਖ ਭਾਈ ਲਹਿਣੇ ਦਾ ਬੁੱਝਿਆ ਹੋਇਆ ਦੀਵਾ ਜਗਾਇਆ। ਜਦੋਂ ਦੀਵੇ ਨਾਲ ਦੀਵਾ ਜਗ ਪਵੇ ਦੋਨਾਂ ਦੀ ਜੋਤ ਇੱਕ ਹੋ ਕੇ ਜਗ ਪਵੇ ਫਿਰ ਕੋਈ ਨਹੀਂ ਦੱਸ ਸਕਦਾ ਕਿਹੜੇ ਦੀਵੇ ਦੀ ਕਿਹੜੀ ਜੋਤ ਹੈ। ਸਰੀਰ ਦੋ ਨੇ ਲੇਕਿਨ ਜੋਤ ਇੱਕ ਹੋ ਕੇ ਦਿਖਾਈ ਦੇਗੀ। ਜੋਤ ਇੱਕ ਦੋਏ ਨਾਉ ਤਰਾਇਆ। ਐਸਾ ਹੀ ਬਾਬਾ ਅੰਬਰੂ ਜੀ ਦਾ ਬੁੱਝਿਆ ਹੋਇਆ ਦੀਵਾ ਜਦੋਂ ਗੁਰਸ਼ਬਦ ਦੇ ਦੀਵੇ ਨਾਲ ਜਗ ਪਿਆ ਤਾਂ ਗੁਰੂ ਅਮਰਦਾਸ ਜੀ ਦੀ ਵਡਿਆਈ ਮਿਲੀ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਬਣੇ। ਇਸ ਤਰ੍ਹਾਂ ਗੁਰਸ਼ਬਦ ਦੇ ਦੀਵੇ ਨੇ ਅਨੇਕਾਂ ਬੁੱਝੇ ਹੋਏ ਦੀਵਿਆਂ ਨੂੰ ਜਗਾਇਆ। ਇਹ ਜੋ ਪੰਜ ਪਿਆਰੇ ਨੇ ਇਹਨਾਂ ਦੇ ਬੁੱਝੇ ਹੋਏ ਦੀਵੇ ਵੀ ਗੁਰਸ਼ਬਦ ਨਹੀਂ ਜਗਾਏ, ਵਰਤਿਆ ਗੁਰਸ਼ਬਦ ਹੀ। ਕਲਾ ਗੁਰਸ਼ਬਦ ਦੀ ਵਰਤੀ, ਅੰਮ੍ਰਿਤ ਵਿੱਚ ਵੀ ਗੁਰਸ਼ਬਦ ਦੀ ਕਲਾ ਵਰਤੀ, ਇਹ ਜੋਤ ਗੁਰਸ਼ਬਦ ਦੀ ਹੀ ਵਰਤੀ, ਗੁਰਸ਼ਬਦ ਦੀ ਕਲਾ ਵਰਤੀ। ਜਦੋਂ ਪੰਜਾਂ ਦੇ ਬੁੱਝੇ ਹੋਏ ਦੀਵੇ ਗੁਰਸ਼ਬਦ ਨੇ ਜਗਾ ਦਿੱਤੇ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਗੱਲ ਕਹੀ ਪੰਜਾਂ ਨੂੰ, ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਓ, ਇਹ ਪੰਜ ਬੋਲੇ ਸੀ ਸਤਿਗੁਰੂ ਜੀ ਤੁਸੀਂ ਤਾਂ ਸਾਡੇ ਬੁੱਝੇ ਹੋਏ ਦੀਵਿਆਂ ਨੂੰ ਜਗਾਇਆ, ਤੁਹਾਡਾ ਤਾਂ ਦੀਵਾ ਪਹਿਲਾਂ ਹੀ ਜਗ ਰਿਹਾ, ਤੁਸੀਂ ਸਾਨੂੰ ਕਹਿ ਰਹੇ ਹੋ ਅੰਮ੍ਰਿਤ ਦੀ ਦਾਤ ਦਿਓ, ਸਾਡੇ ਤਾਂ ਦੀਵੇ ਬੁੱਝੇ ਹੋਏ ਸਨ, ਤੁਸੀਂ ਜਗਦੇ ਦੀਵੇ ਨਾਲ ਜਗਾ ਦਿੱਤੇ, ਪਰ ਤੁਸੀਂ ਹੁਣ ਸਾਨੂੰ ਦੱਸੋ ਇਹ ਕਿਵੇਂ ਹੋ ਸਕਦਾ ਹੈ, ਤੁਹਾਡਾ ਤਾਂ ਪਹਿਲਾਂ ਹੀ ਦੀਵਾ ਜਗ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਜੀ ਬੋਲੇ ਖਾਲਸਾ, ਮੈਂ ਇਹ ਚਾਹੁੰਦਾ ਕਿ ਗੁਰੂ ਦਾ ਦੀਵਾ ਅਤੇ ਖਾਲਸੇ ਦਾ ਦੀਵਾ ਇੱਕ ਜੋਤ ਹੋ ਕੇ ਜਗੇ। ਮੈਂ ਨਹੀਂ ਚਾਹੁੰਦਾ ਕਿ ਕੱਲ੍ਹ ਲੋਕ ਕਹਿਣ ਕਿ ਖਾਲਸੇ ਦੇ ਦੀਵੇ ਦੀ ਜੋਤ ਹੋਰ ਹੈ ਅਤੇ ਗੁਰੂ ਦੇ ਦੀਵੇ ਦੀ ਜੋਤ ਹੋਰ ਹੈ। ਮੈਂ ਚਾਹੁੰਦਾ ਖਾਲਸਾ ਅਤੇ ਗੁਰੂ ਇੱਕ ਜੋਤ ਰੂਪ ਹੋ ਕੇ ਦਿਖਾਈ ਦੇਣ, ਸਿੱਖ ਅਤੇ ਗੁਰੂ ਇੱਕ ਜੋਤ ਰੂਪ ਹੋ ਕੇ ਦਿਖਾਈ ਦੇਵੇ। ਇਸ ਕਰਕੇ ਮੈਂ ਚਾਹੁੰਦਾ ਕਿ ਤੁਸੀਂ ਮੈਨੂੰ ਵੀ ਅੰਮ੍ਰਿਤ ਦੀ ਦਾਤ ਦੇ ਕੇ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ ਅਤੇ ਮੈਨੂੰ ਵੀ ਇਸੇ ਹੀ ਜੋਤ ਵਿੱਚ ਸ਼ਾਮਿਲ ਕਰ ਲਓ। ਦਾਸ ਨੇ ਜਦੋਂ ਵਿਚਾਰ ਆਰੰਭ ਕੀਤੀ ਸੀ ਇੱਕ ਗੱਲ ਕਹੀ ਸੀ ਕਿ ਅਮਲ ਲਿਆ ਸਕਦਾ ਖਾਲਸਾ, ਲੇਕਿਨ ਇੱਕ ਵਿਚਾਰ ਬੜੀ ਸਪੱਸ਼ਟ ਸਾਹਮਣੇ ਆਉਂਦੀ ਹੈ, ਜਿੰਨੀ ਦੇਰ ਤੱਕ ਅਮਨ ਨਾ ਹੋਵੇ ਵਿਕਾਸ ਨਹੀਂ ਹੁੰਦਾ। ਹਰ ਜੰਗ ਦੇ ਮੈਦਾਨ ਤੋਂ ਬਾਅਦ ਜਦੋਂ ਲੜਾਈਆਂ ਮੁੱਕਦੀਆਂ ਨੇ ਤਾਂ ਫਿਰ ਸ਼ਾਂਤੀ ਹੁੰਦੀ ਹੈ, ਵਿਕਾਸ ਸ਼ਾਂਤੀ ਵਿੱਚ ਹੁੰਦਾ ਹੈ, ਡਿੱਗੀਆਂ ਹੋਈਆਂ ਬਿਲਡਿੰਗਾਂ ਫਿਰ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ, ਉਜੜੇ ਹੋਏ ਸ਼ਹਿਰ ਫਿਰ ਵਸਣੇ ਸ਼ੁਰੂ ਹੋ ਜਾਂਦੇ ਨੇ। ਡਿਵੈਲਪਮੈਂਟ ਜੋ ਹੈ, ਵਿਕਾਸ ਹੈ, ਉਹ ਸ਼ਾਂਤੀ ਵਿੱਚ ਹੁੰਦਾ ਹੈ ਅਤੇ ਹਰ ਵਿਕਾਸ ਲਈ ਘਾੜਤ ਕੱਢਣੀ ਪੈਂਦੀ ਹੈ। ਇਸ ਤਰ੍ਹਾਂ ਹੀ ਲੱਗਿਆ ਸਤਿਗੁਰੂ ਜੀ ਨੇ ਜਦੋਂ ਥਾਪੀ ਦੇ ਕੇ ਸੁੱਤੇ ਹੋਏ ਮਨ ਨੂੰ ਜਗਾਇਆ, ਜਦੋਂ ਯੁੱਧ ਹੋਇਆ ਵਿਕਾਰਾਂ ਨਾਲ, ਜਦੋਂ ਅੰਦਰ ਪੰਜ ਵਿਕਾਰ ਮਰ ਗਏ, ਜਦੋਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਮਰ ਗਏ, ਮਨੁੱਖ ਦੇ ਅੰਦਰ ਸ਼ਾਂਤੀ ਹੋ ਗਈ। ਜਦੋਂ ਵਿਕਾਰ ਮਰੇ ਮਨੁੱਖ ਦੇ ਅੰਦਰ ਸ਼ਾਂਤੀ ਹੋਈ ਅਤੇ ਹੁਣ ਸਤਿਗੁਰੂ ਚਾਹੁੰਦੇ ਸੀ
ਜਦੋਂ ਵਿਕਾਰ ਮਰ ਜਾਣ ਅਤੇ ਇਸ ਦਾ ਵਿਕਾਸ ਕੀਤਾ ਜਾਏ। ਉਸ ਵਕਤ ਸਤਿਗੁਰੂ ਜੀ ਨੇ ਘਾੜਤ ਘੜਨੀ ਸ਼ੁਰੂ ਕਰ ਦਿੱਤੀ, ਰਹਿਤਾਂ ਦੱਸ ਦਿੱਤੀਆਂ, ਕੁਰਹਿਤਾਂ ਤੋਂ ਬਚਣ ਲਈ ਕਹਿ ਦਿੱਤਾ। ਔਰ ਉੱਥੇ ਇਹ ਗੱਲ ਕਹੀ, ਤੇਰੇ ਅੰਦਰ ਮੈਂ ਘਾੜਤ ਘੜਨੀ ਚਾਹੁੰਦਾ, ਇਸ ਕਰਕੇ ਮੈਂ ਤੈਨੂੰ 5 ਸ਼ਕਤੀਆਂ ਦੇ ਰਿਹਾ। ਪਹਿਲੀ ਸ਼ਕਤੀ ਦਇਆ ਦੀ, ਦੂਸਰੀ ਸ਼ਕਤੀ ਧਰਮ ਦੀ, ਤੀਸਰੀ ਸ਼ਕਤੀ ਹਿੰਮਤ ਦੀ, ਚੌਥੀ ਸ਼ਕਤੀ ਸਿਦਕ ਦੀ ਮੁਕਮਤਾਈ, ਅਤੇ 5ਵੀਂ ਮੈਂ ਤੈਨੂੰ ਸੁਤੰਤਰਤਾ ਦੇਣਾ, ਸਾਹਿਬੀ ਦੇਣਾ, ਸਰਦਾਰੀ ਦੇਣਾ। ਅਤੇ ਇਹਨਾਂ 5 ਨੂੰ ਜੇ ਤੂੰ ਸੰਭਾਲ ਕੇ ਰੱਖਣਾ ਹੋਏਗਾ, ਤੈਨੂੰ ਵਿਵੇਕ ਚਾਹੀਦਾ ਜਪਜੀ ਸਾਹਿਬ, ਬ੍ਰਹਮ ਉਸਤਤ ਚਾਹੀਦਾ ਜਾਪ ਸਾਹਿਬ, ਅਤੇ ਤੈਨੂੰ ਪਾਖੰਡ ਤੋੜਨ ਲਈ ਸੱਚਾ ਬੈਰਾਗ ਚਾਹੀਦਾ ਸਵਈਏ, ਅਤੇ ਤੈਨੂੰ ਜੁੜਨ ਲਈ ਬ੍ਰਹਮ ਬੇਨਤੀ ਚਾਹੀਦੀ ਹੈ ਚੌਪਈ, ਅਤੇ ਤੈਨੂੰ ਆਨੰਦ ਮਾਣਨ ਲਈ, ਸੁਤੰਤਰਤਾ ਲਈ ਚਾਹੀਦਾ ਆਨੰਦ ਸਾਹਿਬ। ਔਰ ਬ੍ਰਹਮ ਗਿਆਨ ਦਾ ਝਾੜੂ ਫੜਾ ਦਿੱਤਾ, ਬ੍ਰਹਮ ਗਿਆਨ ਦੇ ਦਿੱਤਾ, ਰੱਬੀ ਗਿਆਨ ਦੇ ਦਿੱਤਾ ਕਿ ਕਿਹਾ ਅਤੇ ਤੂੰ ਨਿਤਾ ਪ੍ਰਤੀ ਅਭਿਆਸੀ ਹੋ ਕੇ ਪਾਪਾਂ ਦਾ ਹੂੰਜਾ ਫੇਰੀ ਜਾ, ਪਾਪਾਂ ਤੋਂ ਡਰੀ ਨਾ, ਪਾਪਾਂ ਦਾ ਹੂੰਜਾ ਫੇਰ ਦੇ। ਇਸ ਕਰਕੇ ਸਾਹਿਬ ਨੇ ਘਾੜਤ ਘੜਦੇ ਹੋਏ ਅਤੇ ਇਹ ਗੱਲ ਸਮਝਾ ਦਿੱਤੀ, ਵਿਕਾਸ ਹੋਏਗਾ। ਮੈਂ ਇਸ ਕਰਕੇ ਕਹਿੰਦਾ ਤੂੰ ਧਿਆਨ ਧਰੀ ਕਿ ਮੁੜ ਕੇ ਇਹ ਵਿਕਾਰ ਕਾਬਜ਼ ਨਾ ਹੋ ਜਾਣ। ਜੇ ਤੇਰੇ ਅੰਦਰ ਸ਼ਾਂਤੀ ਹੋਏਗੀ, ਤੂੰ ਅਨੇਕਾਂ ਨੂੰ ਸ਼ਾਂਤੀ ਦੇਵੇਗਾ। ਜੇ ਖੁਦ ਸ਼ਾਂਤ ਹੋਏਗਾ ਤਾਂ ਦੂਜਿਆਂ ਨੂੰ ਸ਼ਾਂਤੀ ਦੇਵੇਗਾ। ਜੇ ਖੁਦ ਅਮਨ ਵਿੱਚ ਹੋਏਗਾ, ਦੂਸਰਿਆਂ ਨੂੰ ਅਮਨ ਵਿੱਚ ਜਿਉਣ ਦੇਵੇਗਾ। ਜੇ ਖੁਦ ਪਿਆਰ ਵਿੱਚ ਹੋਏਗਾ, ਦੂਜਿਆਂ ਨੂੰ ਪਿਆਰ ਨਾਲ ਜਿਉਣਾ ਦੇਵੇਗਾ। ਜੇ ਖੁਦ ਤੂੰ ਪਰਮੇਸ਼ਰ ਦੀ ਕਿਰਪਾ ਵਿੱਚ ਹੋਏਗਾ ਤਾਂ ਇਹ ਕਿਰਪਾ ਦੂਸਰਿਆਂ ਨੂੰ ਵੰਡੇਗਾ। ਜੇ ਸੱਚਮੁੱਚ ਤੂੰ ਪਰਮੇਸ਼ਰ ਦੀ ਦਇਆ ਮੰਗਦਾ ਤਾਂ ਤੈਨੂੰ ਦੂਸਰਿਆਂ 'ਤੇ ਵੀ ਦਇਆ ਕਰਨੀ ਹੋਏਗੀ। ਆਖੋ ਵਾਹਿਗੁਰੂ। ਜੇ ਤੂੰ ਸੱਚਮੁੱਚ ਧਰਮੀ ਬਣਨਾ ਚਾਹੁੰਦਾ ਤਾਂ ਤੈਨੂੰ ਹਰ ਧਰਮ ਦਾ ਸਤਿਕਾਰ ਕਰਦੇ ਹੋਏ ਆਪਣੇ ਧਰਮ ਵਿੱਚ ਦ੍ਰਿੜ ਰਹਿਣਾ ਹੋਏਗਾ, ਸਾਰਿਆਂ ਨੂੰ ਪਿਆਰ ਕਰਨਾ ਹੋਏਗਾ, ਸਰਬੱਤ ਦੇ ਭਲੇ ਲਈ ਤੈਨੂੰ ਜਿਉਣਾ ਹੋਏਗਾ। ਅਤੇ ਉਸ ਵਕਤ ਇਸ ਸ਼ਬਦ ਦੁਆਰਾ ਕਿਵੇਂ ਕਹਿੰਦੇ ਨੇ ਵਿਕਾਸ ਲਈ ਸਮਝਾਇਆ ਖਾਲਸੇ ਨੂੰ, ਇਹ ਪੜ੍ਹ ਕੇ ਸਮਾਪਤੀ ਕਿਵੇਂ ਕਹਿੰਦੇ ਨੇ। ਖਾਲਸਾ ਸੋਏ ਜੋ ਨਿੰਦਾ ਤਿਆਗੈ, ਖਾਲਸਾ ਸੋਏ ਜੋ ਨਿੰਦਾ ਤਿਆਗੈ, ਖਾਲਸਾ ਸੋਏ ਲੜੇ ਹੋਏ ਆ ਗਏ, ਖਾਲਸਾ ਸੋਏ ਲੜੇ ਹੋਏ ਆ ਗਏ, ਖਾਲਸਾ ਸੋਏ ਲੜੇ ਹੋਏ ਆ ਗਏ। ਬੋਲੇ ਸੋਨਿਹਾ ਪ੍ਰਦ੍ਰਿਸ਼ਟ ਤਿਆਗ, ਖਾਲਸਾ ਸੋ ਪ੍ਰਦ੍ਰਿਸ਼ਟ ਤਿਆਗ, ਖਾਲਸਾ ਸੋਏ ਨਾਮ ਰਤ ਲਾਗ, ਖਾਲਸਾ ਸੋਏ ਨਾਮ ਰਤ ਲਾਗ, ਖਾਲਸਾ ਸੋਏ ਨਾਮ ਰਤ ਲਾਗ। ਬੋਲੇ ਸੋਨਿਹਾ
खावै खालसा सोए सार मुँह खावै खालसा सोए सार मुँह खावै खालसा सोए सार मुँह खावै बोले सोनिहार सत श्री अकाल बोले खालसा सो निर्धन को पाले खालसा सो निर्धन को पाले खालसा सोए दुष्ट को गाले खालसा सोए दुष्ट को गाले खालसा सोए दुष्ट को गाले बोले सोनिहार खालसा सोए जो चढ़े तुरंग खालसा सोए जो चढ़े तुरंग खालसा सोए करे नित जंग खालसा सोए करे नित जंग खालसा सोए करे नित जंग बोले सोनिहार सत श्री अकाल वाहिगुरु जी का खालसा वाहिगुरु जी की।